ਮੈਂ ਮਰਹੂਮ ਆਪਣੀ ਜ਼ਾਤ ਵਿੱਚ ਇੱਕ ਸੱਚੇ ਇਲਮ ਦੋਸਤ ਇਨਸਾਨ ਸਨ। ਮੇਰੀ ਉਹਨਾਂ ਨਾਲ ਕਦੇ ਕਦੇ ਮੁਲਾਕਾਤ ਸੀ ਤੇ ਜਦੋਂ ਕਦੇ ਮੁਲਾਕਾਤ ਹੁੰਦੀ ਵਕਤੋਂ ਦਾ ਤੇ ਫਿਰ ਅਸੀਂ ਬਹਿ ਕੇ ਗੱਲਬਾਤ ਵੀ ਕਰਦੇ ਸਾਂ। ਪੰਜਾਬੀ ਤੇ ਪੰਜਾਬ ਦੇ ਮਸਲਿਆਂ ਬਾਰੇ ਉਹਨਾਂ ਨੂੰ ਪੂਰੀ ਪੂਰੀ ਵਾਕਫੀਅਤ ਹਾਸਲ ਸੀ ਤੇ ਉਹ ਆਪਣਾ ਆਪਣੇ ਵਿਚਾਰਾਂ ਦਾ ਬੜੇ ਬਗੈਰ ਕਿਸੇ ਜ਼ਹਿਨੀ ਤਹੱਫਜ਼ ਦੇ ਇਜ਼ਹਾਰ ਕਰਦੇ ਸਨ ਤੇ ਮੈਨੂੰ ਉਹਨਾਂ ਦੀ ਇਹ ਅਦਾਲ ਬੜੀ ਪਸੰਦ ਸੀ ਕਿ ਉਹ ਖੁੱਲ੍ਹ ਕੇ ਗੱਲਬਾਤ ਕਰਦੇ ਸਨ ਤੇ ਕਿਸੇ ਜ਼ਹਿਨੀ ਤਹੱਫਜ਼ ਦਾ ਸ਼ਿਕਾਰ ਨਹੀਂ ਸਨ ਹੁੰਦੇ। ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਦੀ ਕਿਤਾਬ ਅਰਬੋਂ ਚੰਨ ਚੜ੍ਹਿਆ ਛਪੀ, ਜਿਹੜੀ ਸੀਰਤ ਦੀ ਕਿਤਾਬ ਸੀ, ਤੇ ਮੈਨੂੰ ਵੀ ਉਹਨਾਂ ਨੇ ਬੜੀ ਮੁਹੱਬਤ ਨਾਲ ਇੱਕ ਕਾਪੀ ਦਿੱਤੀ ਸੀ ਔਰ ਮੈਂ ਉਹ ਸਾਰੀ ਪੜ੍ਹੀ। ਮੇਰਾ ਆਪਣੀ ਦਿਲਚਸਪੀ ਦਾ ਵੀ ਬੜਾ ਖਾਸ ਮੌਜੂ ਸੀ ਤੇ ਮੈਨੂੰ ਵੇਖ ਕੇ ਖੁਸ਼ੀ ਹੋਈ ਕਿ ਉਹਨਾਂ ਨੇ ਉਹ ਕਿਤਾਬ, ਅਗਰਚ ਉਹ ਮੁਖਤਸਰ ਜੀ ਕਿਤਾਬ ਹੈ, ਲੇਕਿਨ ਉਹਨਾਂ ਨੇ ਤਾਰੀਖ ਦੇ ਜਿਹੜੇ ਬੜੇ ਜ਼ਰੀਏ ਨੇ ਉੱਥੋਂ ਸਾਰੀ ਮਾਲੂਮਾਤ ਲਈਆਂ ਸਨ ਤੇ ਇਹਦੇ ਪਿੱਛੇ ਉਹਨਾਂ ਦੀ ਹਜ਼ੂਰ ਨਾਲ ਸੱਲੱਲਾਹੁ ਅਲੈਹਿ ਵਸੱਲਮ ਨਾਲ ਜਿਹੜੀ ਮੁਹੱਬਤ ਸੀ ਉਹ ਕਾਰ ਫਰਮਾ ਨਜ਼ਰ ਆਉਂਦੀ ਹੈ। ਉਹਨਾਂ ਨੇ ਤਖਲੀਕ ਵਿੱਚ ਤਖਲੀਕ ਦੇ ਹਵਾਲੇ ਨਾਲ ਉਹਨਾਂ ਨੇ ਨਾਵਲ ਸਾਂ ਲਿਖਿਆ, ਅਫਸਾਨੇ, ਲਹੂ ਦੀ ਖੁਸ਼ਬੂ, ਰਾਤ ਤੇ ਰੇਤਾ ਅਫਸਾਨੇ ਲਿਖੇ ਤੇ ਸਫ਼ਰਨਾਮਾ, ਦੇਸ ਪਰਦੇਸ ਲਿਖਿਆ। ਉਹਨਾਂ ਦੀ ਤਖਲੀਕੀ ਸਲਾਹੀਤਾਂ ਦਾ ਇਜ਼ਹਾਰ ਇਹਨਾਂ ਕਿਤਾਬਾਂ ਤੋਂ ਹੁੰਦਾ ਤੇ ਮੈਂ ਸਮਝਦਾ ਕਿ ਅਜੇ ਉਹਨਾਂ ਦੇ ਫਨਪਾਰਿਆਂ ਦਾ ਪੂਰੀ ਤਰ੍ਹਾਂ ਨਖੇੜਾ ਨਹੀਂ ਹੋਇਆ। ਜ਼ਰੂਰਤ ਇਸ ਗੱਲ ਦੀ ਹੈ ਕਿ ਉਹਨਾਂ ਨੇ ਤਨਕੀਦ ਤੇ ਤਹਿਕੀਕ ਵਿੱਚ, ਖਾਸ ਤੌਰ 'ਤੇ ਉਹਨਾਂ ਦੀ ਕਿਤਾਬ ਲਸਾਨੀਆਤ ਦੇ ਹਵਾਲੇ ਨਾਲ ਉਹਨਾਂ ਦੀ ਕਿਤਾਬ ਪੰਜਾਬੀ ਜ਼ੁਬਾਨ ਦਾ ਇਰਤਕਾ, 20-22 ਸਾਲ ਜਦੋਂ ਮੈਂ ਇਹ ਪਰਚਾ ਪੜ੍ਹਾਉਂਦਾ ਰਿਹਾ ਪੰਜਾਬੀ ਜ਼ੁਬਾਨ ਅਦਬ ਤਾਰੀਖ ਦਾ, ਅਤੇ ਇਹ ਕਿਤਾਬ ਮੇਰੇ ਮੁਤਾਲੇ ਵਿੱਚ ਰਹੀ ਅਤੇ ਇਸ ਲਈ ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਪੂਰੀ ਮਿਹਨਤ, ਖਲੂਸ, ਤਦੱਬਰ ਨਾਲ ਉਹਨਾਂ ਦੀ ਚੀਜ਼ਾਂ ਨੂੰ ਪੜ੍ਹੀਏ ਅਤੇ ਉਹਨਾਂ ਦਾ ਅਦਬ ਵਿੱਚ ਇੱਕ ਮੁਕਾਮ ਜਿਹੜਾ ਬਣਦਾ ਉਹਦਾ ਅਸੀਂ ਉਹ ਸਾਹਮਣੇ ਲੈ ਕੇ ਆਵੀਏ। ਠੀਕ ਹੈ।